ਮਾਨ ਮੱਤੇ ਪੰਜਾਬੀਆਂ ਦੀ ਕਚਹਿਰੀ ਦੇ ਵਿੱਚ ਪ੍ਰੋਗਰਾਮ ਮੁੱਦਾ ਲੈ ਕੇ ਹਾਜ਼ਰ ਹਾਂ ਦੋਸਤੋ। ਤੁਹਾਡੇ ਨਾਲ ਜਿਵੇਂ ਅਸੀਂ ਕੱਲ੍ਹ ਗੱਲ ਕੀਤੀ ਸੀ ਕਿ ਕੱਲ੍ਹ ਨੂੰ ਕਿਸੇ ਵੱਖਰੇ ਵਿਸ਼ੇ ਦੇ ਉੱਤੇ ਅਸੀਂ ਪ੍ਰੋਗਰਾਮ ਲੈ ਕੇ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੋਵਾਂਗੇ। ਕਈ ਵਾਰੀ ਸਮੇਂ ਦੀ ਨਜ਼ਾਕਤ ਦੇ ਨਾਲ ਔਰ ਕੁਝ ਕਾਰਨਾਂ ਕਰਕੇ ਪ੍ਰੋਗਰਾਮਾਂ ਦੇ ਵਿੱਚ ਤਬਦੀਲੀਆਂ ਕਰਨੀਆਂ ਪੈਂਦੀਆਂ ਨੇ, ਕਿਉਂਕਿ ਤੁਸੀਂ ਅੱਜ ਮੁੱਦਾ ਪ੍ਰੋਗਰਾਮ ਦਾ ਰੰਗ ਰੂਪ ਅਤੇ ਢੰਗ ਜਿਹੜਾ ਥੋੜ੍ਹਾ ਜਿਹਾ ਆਮ ਪ੍ਰੋਗਰਾਮ ਨਾਲੋਂ ਥੋੜ੍ਹੇ ਵੱਖਰੇ ਰੂਪ ਦੇ ਵਿੱਚ ਦੇਖ ਰਹੇ ਹਾਂ, ਕਿਉਂਕਿ ਕੱਲ੍ਹ ਜਦੋਂ ਅਸੀਂ ਆਪਣਾ ਪ੍ਰੋਗਰਾਮ ਸ਼ੁਰੂ ਕੀਤਾ ਸੀ ਕੱਲ੍ਹ ਦੇ ਵਿਸ਼ੇ ਤੋਂ ਪਹਿਲਾਂ ਇੱਕ ਅਪੀਲ ਸੀ ਸਰਦਾਰ ਗੁਰਚਰਨਜੀਤ ਸਿੰਘ ਲਾਂਬਾ ਜੀ ਹੋਰਾਂ ਦੀ, ਜਿਨ੍ਹਾਂ ਨੇ ਤੁਹਾਨੂੰ ਅਪੀਲ ਕੀਤੀ ਪਿਛਲੇ ਦਿਨਾਂ ਦੇ ਵਿੱਚ ਹੋਏ ਪ੍ਰੋਗਰਾਮ ਦੇ ਸੰਬੰਧ ਦੇ ਵਿੱਚ ਇੱਕ ਸਪਸ਼ਟੀਕਰਨ ਦੀ ਗੱਲ ਜਿਹੜੀ ਲੈਣ ਦੀ ਗੱਲ ਹੋਈ। ਉਸ ਤੋਂ ਬਾਅਦ ਅਸੀਂ ਕੱਲ੍ਹ ਤੁਹਾਨੂੰ ਦੱਸਿਆ ਕਿ ਕੁਝ ਸਾਡੇ ਬੜੇ ਸਨਮਾਨਯੋਗ ਸੱਜਣ ਸਾਡੇ ਸਟੂਡੀਓ ਦੇ ਵਿੱਚ ਵੀ ਆਏ ਉਸ ਸਬਜੈਕਟ ਦੇ ਉੱਤੇ, ਉਹਨਾਂ ਨੇ ਵੀ ਸਾਡੇ ਨਾਲ ਬੜੀ ਸਾਰਥਕ ਗੱਲ ਕੀਤੀ ਔਰ ਉਹਨਾਂ ਨੇ ਉਹਨਾਂ ਨੂੰ ਇੱਕੋ ਹੀ ਉਸ ਡਿਸਕਸ਼ਨ ਦੇ ਵਿੱਚੋਂ ਗੱਲ ਨਿਕਲੀ ਸੀ ਕਿ ਜਿਹੜੇ ਸ਼ਬਦ ਕਲਿਪਿੰਗ ਦੇ ਰਾਹੀਂ ਟੈਲੀਵਿਜ਼ਨ ਦੇ ਉੱਤੇ ਦਿਖਾਲੇ ਗਏ ਸਨ, ਜਿਨ੍ਹਾਂ ਸ਼ਬਦਾਂ ਦੇ ਸੰਬੰਧੀ ਸਰਦਾਰ ਗੁਰਚਰਨਜੀਤ ਲਾਂਬਾ ਜੀ ਹੋਰਾਂ ਨੇ ਗੱਲ ਕੀਤੀ ਸੀ ਕਿ ਪ੍ਰੋਫੈਸਰ ਦਰਸ਼ਨ ਸਿੰਘ ਜੀ ਹੋਰਾਂ ਨੇ ਕੀਰਤਨ ਦੇ ਦੌਰਾਨ ਜਿਹੜੇ ਸ਼ਬਦ ਵਰਤੇ ਸਨ ਕਿ ਦਸਮ ਗ੍ਰੰਥ ਦੇ ਵਿੱਚ ਲਿਖਿਆ ਹੋਇਆ ਕਿ ਗੁਰੂ ਗੋਬਿੰਦ ਸਿੰਘ ਜੀ ਜਿਹੜੇ ਨੇ ਉਹ ਵੇਸਵਾ ਦੇ ਡੇਰੇ ਦੇ ਉੱਤੇ ਗਏ ਅਤੇ ਉਸ ਜਗ੍ਹਾ ਦੇ ਉੱਤੇ ਉਹ ਸੰਪੂਰਨ ਕਹਾਣੀ ਜਿਹੜੀ ਇੱਕ ਕੀਰਤਨ ਦੇ ਦੌਰਾਨ ਜਿਸ ਦੀ ਵਿਆਖਿਆ ਕੀਤੀ ਗਈ ਕਿ ਗੁਰੂ ਜੀ ਨੂੰ ਉਸ ਵੇਸਵਾ ਨੇ ਆਪਣੇ ਨਾਲ ਸਰੀਰਕ ਸੰਬੰਧ ਕਾਇਮ ਕਰਨ ਵਾਸਤੇ ਕਿਹਾ ਅਤੇ ਗੁਰੂ ਜੀ ਦੁਬਧਾ ਦੇ ਵਿੱਚ ਪੈ ਗਏ ਕਿ ਜੇਕਰ ਮੈਂ ਇਸ ਦੇ ਨਾਲ ਸਰੀਰਕ ਸੰਬੰਧ ਨਾ ਕਾਇਮ ਕਰਾਂ ਤਾਂ ਇਹ ਮੈਨੂੰ ਬਦਨਾਮ ਕਹੇਗੀ, ਚੋਰ ਚੋਰ ਕਹੇਗੀ, ਅਤੇ ਜੇਕਰ ਕਰਦਾ ਹਾਂ ਤਾਂ ਜੋ ਇਹਨਾਂ ਸੰਬੰਧਾਂ ਦੇ ਵਿੱਚੋਂ ਉਪਜ ਹੋਏਗੀ ਉਹ ਭੜੂਆ ਅਖਵਾਏਗੀ। ਸੋ ਸਿਰਫ ਇਹਨਾਂ ਲਾਈਨਾਂ ਦੇ ਉੱਤੇ ਇਹ ਗੱਲ ਹੋਈ ਸੀ ਕਿ ਕੀ ਇਹ ਸੱਚਮੁੱਚ ਹੀ ਦਸਮ ਗ੍ਰੰਥ ਦੇ ਵਿੱਚ ਲਿਖੇ ਹੋਏ ਨੇ। ਜੇਕਰ ਲਿਖੇ ਹੋਏ ਹਨ ਤਾਂ ਪ੍ਰੋਫੈਸਰ ਸਾਹਿਬ ਜਿਹੜੇ ਨੇ ਉਹ ਆਪਣਾ ਸਪਸ਼ਟੀਕਰਨ ਦੇ ਦੇਣ ਕਿ ਉਹ ਇਸ ਸਫ਼ੇ ਦੇ ਉੱਤੇ ਲਿਖੇ ਹੋਏ ਨੇ ਔਰ ਜੇਕਰ ਨਹੀਂ ਲਿਖੇ ਹੋਏ ਤਾਂ ਉਹ ਉਹਨਾਂ ਨੇ ਕਿਉਂ ਬੋਲੇ। ਸਾਡਾ ਇੱਥੇ ਮਕਸਦ ਦਸਮ ਗ੍ਰੰਥ ਦੇ ਕਿਸੇ ਵੀ ਹਿੱਸੇ ਨੂੰ ਜਾਂ ਦਸਮ ਗ੍ਰੰਥ ਨੂੰ ਟੱਚ ਕਰਨਾ ਨਹੀਂ। ਸਾਡਾ ਅੱਜ ਦੇ ਪ੍ਰੋਗਰਾਮ ਦਾ ਮਕਸਦ ਜਿਹੜਾ ਸੀ ਉਹ ਸਿਰਫ ਅਤੇ ਸਿਰਫ ਇਹ ਸੀ ਪ੍ਰੋਫੈਸਰ ਸਾਹਿਬ ਦਾ ਜਿਹੜਾ ਇੱਕ ਸਾਰਥਕ ਸਪਸ਼ਟੀਕਰਨ। ਸੋ ਕੱਲ੍ਹ ਦੀ ਡਿਸਕਸ਼ਨ ਦੇ ਵਿੱਚੋਂ ਬੜੇ ਸਤਿਕਾਰਯੋਗ ਸਾਡੇ ਦੋਸਤ ਨੇ ਸਰਦਾਰ ਰਜਿੰਦਰ ਸਿੰਘ, ਜਿਨ੍ਹਾਂ ਦੀ ਅਗਵਾਈ ਦੇ ਵਿੱਚ ਕੱਲ੍ਹ ਉਹ ਇੱਥੇ ਪਹੁੰਚੇ ਸਨ, ਉਹਨਾਂ ਨੇ ਸਾਡੇ ਪ੍ਰਬੰਧਕੀ ਕਮੇਟੀ ਦੇ ਨਾਲ ਸਾਡੇ ਪ੍ਰਧਾਨ ਦੇ ਨਾਲ 10:45 ਦੇ ਉੱਤੇ ਟੈਲੀਫੋਨ ਦੇ ਉੱਤੇ ਗੱਲਬਾਤ ਕੀਤੀ ਕਿ ਪ੍ਰੋਫੈਸਰ ਸਾਹਿਬ ਅਗਲੇ ਹਫ਼ਤੇ ਦੀ ਬਜਾਏ ਅੱਜ ਹੀ ਟੈਲੀਵਿਜ਼ਨ ਦੇ ਉੱਤੇ ਦਰਸ਼ਕਾਂ ਦੇ ਰੂਬਰੂ ਹੋਣਾ ਚਾਹੁੰਦੇ ਨੇ। ਸੋ ਉਹਨਾਂ ਵੱਲੋਂ ਦਿਖਾਈ ਇਸ ਪਹਿਲਕਦਮੀ ਦੇ ਆਧਾਰ ਦੇ ਉੱਤੇ ਅੱਜ ਸਾਨੂੰ ਆਪਣਾ ਰੈਗੂਲਰ ਪ੍ਰੋਗਰਾਮ ਚੇਂਜ ਕਰਕੇ ਉਸ ਸਬਜੈਕਟ ਦੇ ਉੱਤੇ ਪ੍ਰੋਫੈਸਰ ਸਾਹਿਬ ਨੂੰ ਟੈਲੀਫੋਨ ਦੇ ਰਾਹੀਂ, ਕਿਉਂਕਿ ਉਹਨਾਂ ਨੇ ਦੱਸਿਆ ਕਿ ਪ੍ਰੋਫੈਸਰ ਸਾਹਿਬ ਦਾ ਅਗਲੇ ਦਿਨਾਂ ਦੇ ਵਿੱਚ ਹੋਰ ਰੁਝੇਵਾਂ, ਸੋ ਇਸ ਕਰਕੇ ਪ੍ਰੋਫੈਸਰ ਸਾਹਿਬ ਹੋਰਾਂ ਨੂੰ ਅੱਜ ਹੀ ਲਾਈਨ ਦੇ ਉੱਤੇ ਲਿਆ ਕੇ ਉਹਨਾਂ ਸ਼ਬਦਾਂ ਦਾ ਸਪਸ਼ਟੀਕਰਨ ਜਿਹੜਾ ਸੀ ਉਹ ਦੇਣ ਵਾਸਤੇ, ਸੰਗਤ ਦੇ ਰੂਬਰੂ ਹੋਣ ਵਾਸਤੇ ਕਿਹਾ ਸੀ। ਔਰ ਜਿੱਥੇ ਮੈਂ ਸਾਡੇ ਪੈਨਲ ਦੇ ਵਿੱਚ ਬੈਠੇ ਗੁਰਚਰਨਜੀਤ ਲਾਂਬਾ ਜੀ, ਉਹਨਾਂ ਨੂੰ ਸਰਦਾਰ ਗੁਰਚਰਨਜੀਤ ਸਿੰਘ ਜੀ ਲਾਂਬਾ ਜੀ ਮੁੱਖ ਸੰਪਾਦਕ ਸੰਤ ਸਿਪਾਹੀ, ਉਹਨਾਂ ਨੂੰ ਜੀ ਐਂ ਕਹਿੰਦਾ, ਉੱਥੇ ਸਰਦਾਰ ਰਵਿੰਦਰ ਸਿੰਘ ਭੰਬਰਾ ਜੀ ਉਹਨਾਂ ਨੂੰ ਮੈਂ ਜੀ ਐਂ ਕਹਿੰਦਾ। ਸੋ ਦੋਨੋਂ ਸਿੱਖ ਵਿਦਵਾਨ ਸਾਡੇ ਨਾਲ ਨੇ ਔਰ ਤੀਸਰੇ ਸਾਡੇ ਨਾਲ ਲਾਈਨ ਦੇ ਉੱਤੇ ਪ੍ਰੋਫੈਸਰ ਦਰਸ਼ਨ ਸਿੰਘ ਜੀ ਨੇ, ਕਿਉਂਕਿ ਇਸ ਗੱਲ ਦੀ ਇੰਡੀਅਨਐਪਲਿਸ ਦੇ ਵਿੱਚ ਪ੍ਰੋਫੈਸਰ ਦਰਸ਼ਨ ਸਿੰਘ ਜੀ ਹੋਰਾਂ ਦੇ ਨਾਲ ਸ਼ੇਰੇ ਪੰਜਾਬ ਦੇ ਮੁੱਖ ਸੰਪਾਦਕ ਬਲਦੇਵ ਗਰੇਵਾਲ ਵੱਲੋਂ ਕੀਤੀ ਇੰਟਰਵਿਊ ਦੀਆਂ ਕੁਝ ਸਤਰਾਂ ਉਹਨਾਂ ਨੇ ਅਖਬਾਰ ਦੇ ਵਿੱਚ ਛਾਪੀਆਂ, ਜਿਨ੍ਹਾਂ ਦੇ ਵਿੱਚ ਸੀ ਕਿ ਜਥੇਦਾਰ ਪ੍ਰੋਫੈਸਰ ਦਰਸ਼ਨ ਸਿੰਘ ਜੀ ਦਾ ਇਸ ਸੰਬੰਧੀ ਜਵਾਬ ਸੀ ਕਿ ਉਹਨਾਂ ਨੇ ਇਹੋ ਹੀ ਸ਼ਬਦ ਕੀਰਤਨ ਸਮੇਂ ਵਰਤੇ ਸਨ ਅਤੇ ਉਹਨਾਂ ਨੇ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਵੀ ਲਿਆ ਸੀ। ਉਹਨਾਂ ਹੋਰ ਕਿਹਾ ਕਿ ਉਹ ਇਹ ਸਾਬਤ ਵੀ ਕਰ ਦੇਣਗੇ ਕਿ ਦਸਮ ਗ੍ਰੰਥ ਵਿੱਚ ਇਹ ਕਹਾਣੀ ਇੰਝ ਹੀ ਲਿਖੀ ਹੋਈ ਹੈ। ਸੋ ਸਾਡਾ ਅੱਜ ਦੇ ਇਸ ਪ੍ਰੋਗਰਾਮ ਦਾ ਮਕਸਦ ਜਿਹੜਾ ਹੈ ਉਹ ਦਸਮ ਗ੍ਰੰਥ ਦੇ ਕਿਸੇ ਵੀ ਹਿੱਸੇ ਨੂੰ ਟੱਚ ਕਰਨਾ ਨਹੀਂ, ਸਿਰਫ ਅਤੇ ਸਿਰਫ ਪ੍ਰੋਫੈਸਰ ਸਾਹਿਬ ਹੋਰਾਂ ਵੱਲੋਂ ਵਰਤੀਆਂ ਕੀਰਤਨ ਦੇ ਦੌਰਾਨ ਉਕਤ ਸਤਰਾਂ ਦੀ ਵਿਸਤਾਰਪੂਰਵਕ ਉਹਨਾਂ ਦੇ ਕੋਲੋਂ ਜਾਣਕਾਰੀ ਜਾਂ ਸਪਸ਼ਟੀਕਰਨ ਲੈਣਾ ਹੈ। ਸੋ ਸਾਡੇ ਨਾਲ ਲਾਈਨ ਦੇ ਉੱਤੇ ਨੇ ਪ੍ਰੋਫੈਸਰ ਦਰਸ਼ਨ ਸਿੰਘ ਜੀ, ਜਿਹੜੇ ਜਿਨ੍ਹਾਂ ਨੂੰ ਤੁਸੀਂ ਭਲੀਭਾਂਤ ਸਾਰੇ ਜਾਣਦੇ ਹੋ ਕਿ ਉਹ ਕੀਰਤਨ ਕਰਦੇ ਨੇ ਔਰ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਰਹੇ ਨੇ। ਸਭ ਤੋਂ ਪਹਿਲਾਂ ਪ੍ਰੋਫੈਸਰ ਸਾਹਿਬ ਮੈਂ ਤੁਹਾਨੂੰ ਫਤਿਹ ਬੁਲਾਉਣਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ।
ਪ੍ਰਸ਼ਾਦ ਤੁਹਾਨੂੰ ਜੀ ਆਇਆਂ ਕਹਿੰਦੇ ਆ ਕਿ ਤੁਸੀਂ ਅੱਜ ਪੂਰੀ ਸੰਗਤ ਦੇ ਰੂਬਰੂ ਹੋਏ। ਅਸੀਂ ਤਾਂ ਪਹਿਲਾਂ ਵੀ ਚਾਹੁੰਦੇ ਸੀ ਕਿ ਪਿਛਲੇ ਸਮੇਂ ਦੇ ਵਿੱਚ ਵੀ ਤੁਸੀਂ ਆਓ, ਅਸੀਂ ਇਹ ਚਾਹੁੰਦੇ ਸੀ ਕਿ ਤੁਸੀਂ ਨਿੱਜੀ ਤੌਰ ਦੇ ਉੱਤੇ ਸਟੂਡੀਓ ਦੇ ਵਿੱਚ ਵੀ ਆਓ, ਪਰ ਤੁਹਾਡੇ ਕੋਲ ਸਮੇਂ ਦੀ ਘਾਟ ਹੋਣ ਕਰਕੇ ਤੁਸੀਂ ਨਹੀਂ ਆ ਪਾਏ। ਟੈਲੀਫੋਨ ਤੇ ਹਾਂਜੀ ਜ਼ਰੂਰੀ ਪ੍ਰੋਗਰਾਮ ਪਹਿਲੇ ਬਣਿਆ ਹੋਣ ਕਰਕੇ ਨਹੀਂ ਆ ਸਕਿਆ। ਮੈਂ ਤੁਹਾਡਾ ਨਿਵੇਦਨ ਕਰਦਾ ਕਿ ਮੈਂ ਹਮੇਸ਼ਾ ਹਾਜ਼ਰ ਹਾਂ ਔਰ ਇਸ ਪੱਖੋਂ ਜਿਹੜੇ ਮਨੋਰੰਜਕ ਦੇ ਵੀ ਸ਼ੌਕੇ ਹੋਣ ਨਿਵੇਦਨ ਕਰਨ ਲਈ ਤਿਆਰ ਹਾਂ। ਤੁਹਾਡੇ ਕੋਲ ਆਵਾਂਗਾ ਖੁੱਲ੍ਹ ਕੇ ਬਚਨ ਬਿਲਾਸ, ਕੁਝ ਸਵਾਲ ਦੇ ਜਵਾਬ ਤੁਹਾਡੇ ਵੀ ਦਿਆਂਗਾ, ਕੁਝ ਸਵਾਲਾਂ ਦੇ ਜਵਾਬ ਉਹਨਾਂ ਕੋਲੋਂ ਵੀ ਮੰਗਾਂਗਾ। ਜੀ 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 ਸੋ ਪ੍ਰਸ਼ਾਦ, ਆਪਾਂ ਸਿਰਫ ਅਕਾਲ ਤਖਤ ਸਾਹਿਬ ਜਿਹੜਾ ਕਿ ਸਾਡੇ ਸਿੱਖਾਂ ਦੀ ਸਰਬ ਉੱਚ ਸਥਾਨ ਹੈ, ਉਸ ਦੀ ਮਾਣ ਮਰਿਆਦਾ ਦੇ ਅੰਦਰ ਰਹਿ ਕੇ, ਉਸ ਦੇ ਤਹਿਤ ਰਹਿ ਕੇ, ਉਸ ਦੇ ਹੁਕਮਾਂ ਅਨੁਸਾਰ ਦਸਮ ਗ੍ਰੰਥ ਦੇ ਕਿਸੇ ਵੀ ਹੋਰ ਹਿੱਸੇ ਨੂੰ ਨਾ ਛੋਹਦੇ ਹੋਏ ਸਿਰਫ ਤੇ ਸਿਰਫ ਅਸੀਂ ਉਸ ਗੱਲ ਦੇ ਉੱਤੇ ਆਉਂਦੇ ਹਾਂ ਕਿ ਜਿਹੜੇ ਕੀਰਤਨ ਦੌਰਾਨ ਰੋਚੈਸਟਰ ਅਤੇ ਇੰਡੀਅਨ ਐਪਲਸ ਦੇ ਵਿੱਚ ਤੁਸੀਂ ਉਹ ਅਲਫਾਜ਼ ਵਰਤੇ ਕਿ ਇਹ ਕਹਾਣੀ ਦਸਮ ਗ੍ਰੰਥ ਦੇ ਵਿੱਚ ਹੈ, ਤੁਸੀਂ ਕੀ ਕਹਿਣਾ ਚਾਹੋਗੇ ਸਮੁੱਚੀ ਸਾਧ ਸੰਗਤ ਨੂੰ? ਬਿਲਕੁਲ, ਮੈਂ ਸਾਫ਼ ਕਹਿਣਾ ਚਾਹੁੰਦਾ ਕਿ ਇਹ ਕਹਾਣੀ ਜਿਹੜੀ ਹੈ ਕੋਈ ਵੀ ਇੱਕ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਬਦਨਾਮ ਕਰਨ ਦਾ ਮੁੱਖ ਵਿਸ਼ਾ ਬਣਾਇਆ ਹੋਇਆ ਹੈ। ਇਸ ਵਿੱਚ ਕਰਨਾਟਕ ਦੇ ਗ੍ਰੰਥ ਕੁਛ ਲੋਕਾਂ ਨੇ ਤੇ ਨਾਮ ਰੱਖਦੇ ਨੇ ਕਿ ਅੱਖਰ ਅੱਖਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਚਨਾ ਹੈ, ਇਹ ਉਹਨਾਂ ਦੇ ਲਫ਼ਜ਼ ਨੇ। ਮੈਂ ਸਾਡੀ ਤੋਂ ਵੀ ਇਹ ਦਾਗ ਪਾਉਣਾ ਚਾਹੁੰਦੇ ਨੇ, ਇਹ ਉਹਨਾਂ ਦੇ ਲਫ਼ਜ਼ ਨੇ ਕਿ ਅੱਖਰ ਅੱਖਰ ਸ੍ਰੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਚਨਾ ਹੈ। ਪ੍ਰੋਫੈਸਰ, ਮੈਂ ਇੱਕ ਹੱਥ ਜੋੜ ਕੇ ਬੇਨਤੀ ਕੀਤੀ ਸੀ ਕਿ ਪਲੀਜ਼ ਦਸਮ ਗ੍ਰੰਥ ਦੀ ਕਿਸੇ ਵੀ ਹੋਰ ਚੀਜ਼ ਨੂੰ ਜਾਂ ਦਸਮ ਗ੍ਰੰਥ ਦੇ ਵਿਸਤਾਰ ਨੂੰ ਜਾਂ ਦਸਮ ਗ੍ਰੰਥ ਦੀ ਪਰਿਭਾਸ਼ਾ ਨੂੰ ਆਪਾਂ ਟੱਚ ਨਾ ਕਰੀਏ, ਆਪਾਂ ਤਾਂ ਸਿਰਫ ਉਹਨਾਂ ਸਤਰਾਂ ਦੀ ਗੱਲ ਕਰੀਏ। ਉਹੀ ਗੱਲ ਤਾਂ ਬਿਲਕੁਲ ਪੁੱਛ ਰਹੇ ਹਾਂ, ਜੋ ਤੁਸੀਂ ਪੁੱਛੀਏ ਮੈਂ ਉਹਦਾ ਤੁਹਾਨੂੰ ਜਵਾਬ ਦੇ ਰਿਹਾ। ਤੁਸੀਂ ਆਖਿਆ ਕਿ ਤੁਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਨਾਮ ਵਰਤਿਆ, ਮੈਂ ਆਖਿਆ ਹਾਂ ਵਰਤਿਆ, ਤੇ ਐਸੇ ਸ਼ਕਲ ਵਿੱਚ ਹੈ ਜਿਵੇਂ ਇਹ ਲੋਕ ਕਹਿੰਦੇ ਨੇ ਕਿ ਅੱਖਰ ਅੱਖਰ ਗੁਰੂ ਦਸਮ ਪਾਤਸ਼ਾਹ ਜੀ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀ ਰਚਨਾ ਹੈ, ਇਹ ਉਹਨਾਂ ਦੀ ਰਚਨਾ ਹੈ, ਤਾਂ ਸਾਨੂੰ ਜ਼ਰੂਰ ਸੋਚਣਾ ਪਏਗਾ ਕਿ ਕੀ ਸਤਿਗੁਰੂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਏਡੇ ਮਹਾਨ ਆਤਮਾ ਦੇ ਤੇ ਮਹਾਨ ਆਚਰਨ ਬਲਵਾਨ ਆਚਰਨ ਦੇ ਮਾਲਕ ਜਿਹੜੇ ਨੇ, ਕੀ ਉਹ ਇਹੋ ਜਿਹੀਆਂ ਗੱਲਾਂ ਸੋਚ ਸਕਦੇ ਨੇ ਜੋ ਇਸ ਗ੍ਰੰਥ ਵਿੱਚ ਲਿਖੀਆਂ ਗਈਆਂ ਨੇ? ਮੈਂ ਉਸ ਦਿਨ ਕਹੀਆਂ ਨੇ, ਮੈਂ ਹੁਣ ਉਧਰ ਤੁਹਾਡਾ ਪ੍ਰੋਫੈਸਰ, ਉਹ ਜਿਹੜੀਆਂ ਸਤਰਾਂ ਜਿਹੜੀਆਂ ਮਤਲਬ ਇੱਕ ਅੰਕਿਤ ਹੋਈਆਂ ਸਤਰਾਂ ਜਿਹੜੀਆਂ ਨੇ ਉਹ ਉਹਦੇ ਵਿੱਚ ਜਿਹੜੀਆਂ ਕੋਟ ਕੀਤੀਆਂ ਗਈਆਂ ਜਿਹੜੀਆਂ ਲੋਕਾਂ ਨੇ ਵੀ ਸੁਣੀਆਂ ਕਿ ਗੁਰੂ ਗੋਬਿੰਦ ਸਿੰਘ ਜੀ ਬੇਸਵਾ ਦੇ ਡੇਰੇ ਦੇ ਉੱਤੇ ਗਏ ਔਰ ਗੁਰੂ ਗੋਬਿੰਦ ਸਿੰਘ ਜੀ ਹੋਰਾਂ ਨੂੰ ਬੇਸਵਾ ਨੇ ਸਰੀਰਕ ਸੰਬੰਧ ਬਣਾਉਣ ਵਾਸਤੇ ਕਿਹਾ, ਗੁਰੂ ਜੀ ਚੋਲਾ ਅਤੇ ਆਪਣੇ ਜਿਹੜੇ ਜੋੜਾ ਹੈ ਉੱਥੇ ਹੀ ਛੱਡ ਕੇ ਬਾਹਰ ਦੌੜੇ। ਉਹਨਾਂ ਨੇ ਇਹ ਸੋਚਿਆ ਕਿ ਜੇ ਮੈਂ ਇਹ ਸੰਬੰਧ ਬਣਾਵਾਂਗਾ ਤੇ ਇਸ ਇਹਨਾਂ ਸੰਬੰਧਾਂ ਦੇ ਵਿੱਚੋਂ ਭੜੂਆ ਪੈਦਾ ਹੋਏਗਾ, ਜੇ ਨਹੀਂ ਬਣਾਵਾਂਗਾ ਤਾਂ ਬਦਨਾਮ ਹੋਵਾਂਗਾ। ਬਾਹਰ ਲੋਕਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੀ ਦਾੜੀ ਫੜੀ ਔਰ ਕਿਸੇ ਨੇ ਪੱਗ ਲਾਈ ਔਰ ਜੋ ਕੁਛ ਉਸ ਉਹਨੇ ਥਾਂ ਦੇ ਵਿੱਚ ਕੀ ਇਹ ਦਸਮ ਗ੍ਰੰਥ ਦੇ ਵਿੱਚ ਇਹ ਸਤਰਾਂ ਉਕਤ ਨੇ? ਜੇ ਇਹ ਮਤਲਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਵੇਸਵਾ ਦੇ ਗਏ ਜਾਂ ਜਿਹੜੇ ਇਹ ਲਫ਼ਜ਼ ਨੇ ਵੀ ਮੈਂ ਤੁਹਾਨੂੰ ਸੁਣਾਉਣਾ ਜੀ, ਇਹਦੇ ਇੱਕ ਜੇ ਕਿ ਗੁਰੂ ਗੋਬਿੰਦ ਸਿੰਘ ਸਾਹਿਬ ਜਦੋਂ ਜਾਂਦੇ ਨੇ ਜੀ ਉਦੋਂ ਬਕਾਇਦਾ ਇੱਥੇ ਇੱਕ ਲਫ਼ਜ਼ ਨੇ ਕਿ ਭਗਵਤੀ ਦੀ ਆਰਾਧਨਾ ਕਰਦੇ ਕਰਦੇ ਵੇਸਵਾ ਦੇ ਘਰ ਵੱਲ ਜਾਂਦੇ ਸੀ। ਕਿੱਦਾਂ ਦੁਬਾਰਾ ਕਹਿਣਾ ਜੀ? ਉੱਥੇ ਲਫ਼ਜ਼ ਨੇ ਭਗਵਤੀ ਦੀ ਜੀ ਦੇਵੀ ਦੀ ਦਾ ਸਿਮਰਨ ਕਰਦੇ ਕਰਦੇ ਜਾਂਦੇ ਨੇ ਜੀ। ਚਲਿਓ ਇੱਕ ਮਿੰਟ, ਚਲਿਓ ਧਾਰ ਅਤੀਤ ਕੋ ਭੇਸ ਰਾਈ ਮਨਾਪਨ ਵਿਖੇ ਵੀ ਭਗਵਤੀ ਮਨਾਈ, ਚਲਿਓ ਜੋ ਤਰਾ ਤੋ ਤੱਤਾ ਸੇ ਫਿਰਨੇ ਨਾਹੇ ਫੇਰੇ